मैं इस वक्त पटियाला दे फुआरा चौंक दे विच खड़े हैं, बिल्कुल जिथे प्रदर्शन चल रहा है जथेबंदियों का, पर खास तौर के उत्ते इत्थे नाल दी नाल पुलिस दे वल्लों सुरक्षा का घेरा जिहड़ा होर वधा दिता है। पर जिहड़ी वन वे टू वे रोड सीगी वन वे खोली गई है, पर प्रदर्शन ज्यौंदा त्यों है। कहा जा रहा है भी जो तक कहिंदे इंसाफ नहीं मिलता उदों तक इत्थे ही डटे रहांगे, पर नाल दी नाल लंगर पानी की जिहड़ी व्यवस्था है वह भी की गई है। गर्मी का दिन हैगा। अच्छा, जदों इस पूरे वाक्य का असी जिक्र करते हैं भी पहला कलैश होया फिर पत्थरबाजी भी हुई है, ਤੁਸੀਂ ਜਦੋਂ ਪੂਰਾ ਘਟਨਾਕ੍ਰਮ ਹੋਇਆ ਇਸੇ ਜਗ੍ਹਾ ਦੇ ਉੱਤੇ ਮੌਜੂਦ ਸੀਗੇ? ਨਹੀਂ, ਅਸੀਂ ਸਰ ਬਾਅਦ ਦੇ ਵਿੱਚ ਆਏ ਜਦੋਂ ਸਾਨੂੰ ਅਸੀਂ ਟੀ ਵੀ ਦੇ ਉੱਪਰ ਖਬਰਾਂ ਦੇ ਉੱਪਰ ਦੇਖਿਆ, ਉਹ ਤੋਂ ਬਾਅਦ ਆ ਕੇ ਅਸੀਂ ਦੇਖਿਆ ਮਾਹੌਲ। ਤਾਂ ਜਦੋਂ ਅਸੀਂ ਆਏ ਥੋੜ੍ਹੇ ਸਿੰਘ ਸੀ, ਪਰ ਹੁਣ ਜਿਉਂ ਜਿਉਂ ਮਾਹੌਲ ਵੱਧਦਾ ਜਾ ਰਿਹਾ ਤਾਂ ਸਿੰਘਾਂ ਦੀ ਵੀ ਗਿਣਤੀ ਵੱਧਦੀ ਜਾ ਰਹੀ ਹੈ ਅਤੇ ਪੁਲਿਸ ਪ੍ਰਸ਼ਾਸਨ ਵੀ ਆਲੇ ਦੁਆਲੇ ਸਾਡੇ ਸਿੱਖਾਂ ਦਾ ਜਿਹੜਾ ਘੇਰਾ ਵੱਧਦਾ ਜਾ ਰਿਹਾ ਹੈ। ਤੁਸੀਂ ਕਿੱਥੋਂ ਆਏ ਹੋ? ਅਸੀਂ ਸਵਾਜਪੁਰ ਤੋਂ ਜੀ, ਸਮਾਣਾ ਰੋਡ 'ਤੇ ਪਿੰਡ ਹੈ ਜੀ। ਹਾਂਜੀ, ਮਤਲਬ ਇਸ ਜਦੋਂ ਖਬਰਾਂ ਦੇ ਰਾਹੀਂ ਤੁਸੀਂ ਸੁਣਿਆ ਤਾਂ ਉਸ ਤੋਂ ਬਾਅਦ ਤੁਸੀਂ ਚੱਲੇ? ਹਾਂਜੀ, वैसे सानू पहले ही पता सी जिहड़ा हरीश अपना हो जी शिवसेना का, उन्हें 10 दिन पहला कॉल दी सी भी असीं 29 तरीक नू खालिस्तान मुरदाबाद जिहड़ा मार्च कढ़ांगे, ते साडे बलजिंदर सिंह परवाना राजपुर वाले उन्हां ने SSP साहब नू मिलके भी कहा कि भी शांति जिहड़ी अपने सूबे दी पंजाब दी शांति नू कायम रख्या जावे, ते उन्हां नू भरोसा दवाया सी। भरोसा दवाउण दे बावजूद भी जिहड़ा अज इह बहुत तकड़ा जिहड़ा माहौल उन्हां ने अग लाउण दी कोशिश कीती है। हुण जिवें सिविल प्रशासन कह रहे हैं, पुलिस प्रशासन भी कह रहे हैं भी माहौल नूं शांतपूर्ण रखो, गलबात भी चल रही है तुहाडी जथेबंदियां ते पुलिस विचाले, लगदा कोई हल निकल जाएगा? मैनूं तां लगदा नहीं, अज तक तां जी देखो जिन्नी मेरी सुरत हुई है भी अज तक कोई हल निकलिया नहीं। जदों भी हुंदा इह सिंघां ते लाठीचार्ज हुंदा, गोलियां चलाई जांदियां ने, अज भी साडे बहुत सिंघ जख्मी होए ने जो रजिंदर हस्पताल दे दाखल ने, सो उहनां नाल गलबात चल रही है। जिवें ही उहनां नाल गलबात होगी उदों बाद ही कोई शांति दा माहौल बनना, ते मैनूं लगदा अजे तक कोई ਇਹ ਜੀ ਸੁਭਾਵਨਾ ਹੈ ਨਹੀਂ। ਅੱਛਾ, ਤੁਸੀਂ ਸੀਗੇ ਜਦੋਂ ਇਹ ਸਾਰਾ ਕੁਝ ਹੋਇਆ? ਮੈਂ ਤਾਂ ਹੁਣੇ ਆਇਆ ਜੀ। ਮੈਂ ਕਿੱਥੋਂ ਆਏ? ਮੈਂ ਪਟਿਆਲੇ ਤੋਂ ਹੀ ਆ ਜੀ। ਮੈਂ ਤਾਂ ਪਤਾ ਸੀ 29 ਤਰੀਕ ਦਾ, ਪਰ ਮੈਂ ਭੁੱਲ ਹੀ ਬੈਠਿਆ ਸੀ। ਅੱਜ ਫਿਰ ਪਤਾ ਲੱਗਿਆ, ਮੋਬਾਈਲ ਖੋਲਿਆ ਹੁਣ ਲੇਟ ਥੋੜਾ ਜਿਹਾ, ਇੱਕ ਮੰਦਿਰ ਦਾ ਪਤਾ ਲੱਗਿਆ 2-3 ਥਾਂ ਤੇ, ਫਿਰ ਤਾਂ ਆਇਆ ਉਰੇ। ਇੱਕ ਵਾਰੀ ਮੈਂ ਤੁਹਾਨੂੰ ਇੱਥੋਂ ਦੀਆਂ ਤਸਵੀਰਾਂ ਵੀ ਦਿਖਾ ਦਿੰਦੇ, ਕਿਉਂਕਿ ਮੈਂ ਬਿਲਕੁਲ ਠੀਕ ਫੁਆਰਾ ਚੌਂਕ ਦੇ ਵਿੱਚ ਖੜੇ ਆ, ਜਿਹੜਾ ਚੌਂਕ ਦੇ ਵਿੱਚ ਫੁਆਰਾ ਲੱਗਿਆ ਹੋਇਆ, ਤੇ ਇੱਥੇ ਸਾਹਮਣੇ ਤਸਵੀਰਾਂ, ਇੱਥੇ ਪਹਿਲਾਂ ਲੰਗਰ ਲੱਗਿਆ ਹੋਇਆ, ਉਸ ਤੋਂ ਬਾਅਦ ਪੁਲਿਸ ਬੈਰੀਕੇਡਿੰਗ ਆ। ਇਹ ਜਿਹੜੀ ਰੋਡ ਜਾਂਦੀ ਹੈ ਇਹ ਕਾਲੀ ਮਾਤਾ ਮੰਦਿਰ ਦੇ ਵੱਲ ਨੂੰ ਜਾ ਰਹੀ ਹੈ ਜਿੱਥੇ ਦੂਜੀ ਧੀਰ ਮੌਜੂਦ ਹੈ। ਇਸ ਤੋਂ ਇਲਾਵਾ ਮੇਰੇ ਖੱਬੇ ਹੱਥ ਇਹ ਜਿਹੜੀ ਰੋਡ ਹੈ, ਜਿਹੜੀ ਠੀਕ ਖੱਬੇ ਹੱਥ ਹੈ ਕਿਉਂਕਿ ਇਹ ਰੋਡ ਵੀ ਪੁਲਿਸ ਨੇ ਬਲੌਕ ਕੀਤੀ ਹੋਈ, ਵਨ ਵੇ ਚਲਾਈ ਹੋਈ ਹੈ। ਇਹ ਜਿਹੜੀ ਰੋਡ ਹੈ ਜਿੱਧਰ ਮਾਰਕੀਟ ਤੁਸੀਂ ਦੇਖ ਰਹੇ ਹੋ, ਜਿੱਧਰ ਆਵਾਜਾਈ ਚੱਲ ਰਹੀ ਹੈ, ਇਹ ਪੋਲੋ ਗਰਾਊਂਡ ਦੇ ਵੱਲ ਨੂੰ ਰੋਡ ਜਾ ਰਹੀ ਹੈ। ਫੁਆਰਾ ਚੌਂਕ ਇੱਕ ਮਤਲਬ ਪ੍ਰੋਮੀਨੈਂਟ ਥਾਂ ਹੈਗਾ ਹੈ, ਸੈਂਟਰ ਮੰਨਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਇਹ ਬਿਲਕੁਲ ਸਾਹਮਣੇ, ਮੇਰੇ ਬਿਲਕੁਲ ਸਾਹਮਣੇ, ਫੁਆਰਾ ਚੌਂਕ ਦੇ ਬਿਲਕੁਲ ਸਾਹਮਣੇ ਇਹ ਬਠਿੰਡਾ ਨਾਭਾ ਅਤੇ ਸੰਗਰੂਰ ਵੱਲ ਨੂੰ ਇਹ ਰੋਡ ਜਾਂਦੀ ਹੈ। ਇੱਥੇ ਵੀ ਪਹਿਲਾਂ ਪੁਲਿਸ ਦੇ ਥੋੜ੍ਹਾ ਵੱਲ ਪਹਿਲਾਂ ਬਲੋਕੇਜ ਕੀਤੀ ਗਈ ਸੀ, ਪਰ ਹੁਣ ਇਸ ਨੂੰ ਵੀ ਪੂਰੀ ਤਰ੍ਹਾਂ ਖੋਲ੍ਹ ਦਿੱਤਾ ਹੈ, ਹਾਲਾਂਕਿ ਪੁਲਿਸ ਤੈਨਾਤ ਹੈਗੀ ਹੈ। ਇਸ ਤੋਂ ਇਲਾਵਾ ਇੱਥੇ ਜਥੇਬੰਦੀਆਂ ਫੁਆਰਾ ਚੌਂਕ ਦੇ ਉੱਤੇ ਚੜੀਆਂ ਹੋਈਆਂ ਨੇ, ਨਾਰੇਬਾਜ਼ੀਆਂ ਬਾਜ਼ੀ ਲਗਾਤਾਰ ਕਰ ਰਹੀ ਹੈ। ਇਸ ਤੋਂ ਬਾਅਦ ਮੇਰੇ ਬਿਲਕੁਲ ਸੱਜੇ ਹੱਥ ਇਹ ਸਾਹਮਣੇ ਵਾਲੀ ਰੋਡ ਜਿਹੜੀ ਹੈਗੀ ਹੈ, ਇਹ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਵੱਲ ਜਾ ਰਹੀ ਹੈ। ਪਾਤਸ਼ਾਹੀ 9ਵੀਂ ਸ੍ਰੀ ਗੁਰੂ ਤੇਗ ਬਹਾਦਰ ਜੀ ਸਾਹਿਬ ਜੀ ਦੇ ਨਾਲ ਸੰਬੰਧਿਤ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ, ਕੁਝ ਜਥੇਬੰਦੀਆਂ ਦੇ ਜਿਹੜੇ ਮੈਂਬਰ ਸੀਗੇ ਪਹਿਲਾਂ ਉੱਥੇ ਮੌਜੂਦ ਸੀਗੇ ਜਦੋਂ ਕਾਲ ਦਿੱਤੀ ਗਈ ਸੀ, ਉਸ ਤੋਂ ਬਾਅਦ ਹੀ ਫੁਆਰਾ ਚੌਂਕ ਦੇ ਵੱਲ ਨੂੰ ਇਹ ਜਥੇਬੰਦੀਆਂ ਵਧੀਆਂ ਨੇ। ਹਾਲਾਂਕਿ ਕਲੈਸ਼ ਹੋਇਆ ਪੁਲਿਸ ਅਤੇ ਜਥੇਬੰਦੀਆਂ ਦੇ ਮੈਂਬਰਾਂ ਦੇ ਵਿਚਾਲੇ ਗੱਲਬਾਤ ਚੱਲ ਰਹੀ ਹੈ, ਹਾਲਾਂਕਿ ਅਸੀਂ ਵੀ ਸੁਨੇਹਾ ਸ਼ਾਂਤੀ ਦਾ ਹੀ ਦਿੰਦੇ ਹਾਂ। ਸਿਵਲ ਪ੍ਰਸ਼ਾਸਨ ਉਹਨਾਂ ਦੇ ਵੱਲੋਂ ਵੀ ਕਿਹਾ ਗਿਆ ਕਿ ਸ਼ਾਂਤੀ ਨੂੰ ਬਰਕਰਾਰ ਰੱਖਿਆ ਜਾਵੇ, ਕਿਉਂਕਿ ਪੰਜਾਬ ਅਤੇ ਇਸ ਸ਼ਹਿਰ ਦੀ ਸ਼ਾਂਤੀ ਬੇਹੱਦ ਜ਼ਰੂਰੀ ਹੈਗੀ ਹੈ। ਪਰ ਜਿਸ ਤਰੀਕੇ ਦੇ ਨਾਲ ਇਹ ਕਲੈਸ਼ ਹੋਇਆ, ਕਿਤੇ ਨਾ ਕਿਤੇ ਸੂਬੇ ਦੀ ਮਾਨ ਸਰਕਾਰ ਦੇ ਉੱਤੇ ਵੀ ਜਿਹੜੇ ਸਵਾਲ ਜ਼ਰੂਰ ਖੜੇ ਨੇ। ਪਰ ਹੁਣ ਸਿੱਧੇ ਤੌਰ ਦੇ ਉੱਤੇ ਵੀ ਕਿਹਾ ਜਾ ਰਿਹਾ ਵੀ ਹੁਣ ਹੱਲ ਕੀ ਨਿਕਲੇਗਾ, ਹਾਲਾਂਕਿ ਜਥੇਬੰਦੀਆਂ ਇੱਥੇ ਡਟ ਚੁੱਕੀਆਂ ਨੇ ਲੰਗਰ ਪਾਣੀ ਦੇ ਨਾਲ, ਪਰ ਹੁਣ ਇਸ ਦਾ ਹੱਲ ਕੀ ਹੈ? ਪਰ ਸਿੱਧੇ ਤੌਰ ਦੇ ਉੱਤੇ ਇੱਥੇ ਲੋਕ ਡਟੇ ਹੋਏ ਨੇ, ਕਿਹਾ ਜਾ ਰਿਹਾ ਵੀ ਜਦੋਂ ਤੱਕ ਇਨਸਾਫ਼ ਨਹੀਂ ਮਿਲ ਜਾਂਦਾ। ਹਾਲਾਂਕਿ ਲੋਕਾਂ ਦੇ ਨਾਲ ਗੱਲਬਾਤ ਵੀ ਕੀਤੀ ਹੈ, ਉਹਨਾਂ ਇਲਜ਼ਾਮ ਲਾਏ ਨੇ ਕਿ ਦੂਜੀ ਧਿਰ ਦੇ ਵੱਲੋਂ ਪੱਥਰਬਾਜ਼ੀ ਕੀਤੀ ਗਈ ਹੈ। ਹਾਲਾਂਕਿ ਇਲਜ਼ਾਮ ਇਹ ਵੀ ਨੇ, ਕਹਿੰਦੇ ਵੀ ਦੂਜੀ ਧਿਰ ਦੇ ਵੱਲੋਂ ਪੱਥਰਬਾਜ਼ੀ ਕੀਤੀ ਗਈ, ਫਾਇਰਿੰਗ ਵੀ ਉਸ ਵੱਲ ਤੋਂ ਹੋਈ ਹੈ। ਪਰ ਪੁਲਿਸ ਫਿਲਹਾਲ
कह रही है भी जांच तो बाद ही पूरा घटनाक्रम स्पष्ट होएगा भी आखिरकार होया की सी पूरा वाकया की सी भी उस समय का पूरा वाकया की सी। पर जिस तरीके दे नाल इत्थे माहौल हैगा है नारेबाजी लगातार हो रही है होर लोग भी इस प्रोटेस्ट दे विच जुड़ रहे ने। हालांकि जिवें माहौल गर्मी का हैगा पंजाब दे विच तपश वध रही है पर इत्थे जिहड़ी गर्मो गर्मी देखण नूं मिली है दोपहर समय जदों इह वाकया इत्थे वापरिया उस तों बाद पुलिस दे वल्लों इंटरफेरेंस की गई। हालांकि हुण थोड़ी पहलां दे नालों माहौल सुखावां जरूर होया पर पूरी तरह दे नाल ठीक नहीं होया। इसका हल पुलिस जां सिविल प्रशासन किस तरीके दे नाल कढेगा की कुछ कार्रवाई होएगी की कुछ नहीं होएगा ये देखने वाली गल होएगी। पर इत्थे लोग लगातार डटे हुए ने नारेबाजे जिहड़ी इत्थे कीती जा रही है पर जिस तरीके दे नाल जांच का एक विशा कहा जा रहा है भी एक पुलिस मुलाजम भी जख्मी होया है वो पक्ष भी पुलिस रख रही है। दूजी गल सो इत्थे जथेबंदी का भी एक मैंबर जिहड़ा जख्मी होया दूजी धिर का भी मैंबर जख्मी होया। सो कहा जा रहा है भी कुल मिला के पुलिस कोई जल्दबाजी दे विच कोई फैसला नहीं लैण वाली पूरी इन्वेस्टिगेशन होएगी कि आखिर इत्थे किहदे कहण दे उत्ते बंदे इत्थे पहुंचे दूजी धिर दे बंदे किवें पहुंचे। हालांकि पुलिस कह रही है भी कोई भी जानकारी नहीं सीगी इसे करके उन्होंने रोकिया गया सी रोकण दे वेले इह जिहड़ी है कोई तकरार हो रहा है प्रदर्शन होया पर इत्थे वड्डी गिणती दे विच लोक इत्थे इकट्ठे होए ने नारेबाजी की जा रही है इंसाफ मंगिया जा रहा है पर फिलहाल पुलिस जांच का दम भर रही है। तो काली माता मंदिर के सामने भी जिहड़ा दूजी धिर इकट्ठी हुई सीगी ते इधर फुआरा चौंक दे विच है। हालांकि हुण जथेबंदी अते पुलिस दे विचाले गलबात भी चल रही है भी आखिर के किवें ना किवें इस माहौल नूं शांत किया जाए लोगों नूं समझा बुझा के घरां नूं तोरिया जाए पुलिस की कोशिश रहण वाली है पर यह लोग भी बिना इंसाफ कहिंदे नहीं मिलदा उदों तक असीं इत्थों टस तों मस नहीं होवांगे। सो अजिही स्थिति अक्सर देखण नूं मिलदी रहिंदी है भी जदों अजिहे माहौल आउंदे ने खास तौर दे उत्ते तो इत्थे नौजवान भी पहुंचे हुए ने। अच्छा तुसी कदों पहुंचे जी इत्थे? हुणे आए सीगे जी। तुहानूं किवें पता लगे वी इत्थे इकट्ठ हैगा जां इस फिर हुण पता ही लग गया हुण अपने होर है कुछ पटियाले च रहने आ तां पता ही लग जांदे नॉर्मली की आपां तुसी पटियाले दे रहिंदे? नहीं वीरे स्टडी करदे वीरे असीं। अच्छा हांजी वीरे चलो जदों इह वारदात तुहानूं पता लगी है खबरां दे राहीं पुलिस दे वल्लों ब्लॉकेज भी कर दित्ती गई सी ਇਹ ਵੀਰੇ ਆਪਾਂ ਨੂੰ ਇੱਕ ਤਾਂ ਸੋਸ਼ਲ ਮੀਡੀਆ ਰਾਹੀਂ ਪਤਾ ਲੱਗੀ ਹੈ ਇੱਕ ਕਿਉਂ ਆਪਾਂ ਹੁਣ ਇੰਸਟੀਚਿਊਟ 'ਚ ਆ ਰਹੇ ਸੀ ਤਾਂ ਉਹਦਾ ਪਤਾ ਲੱਗਿਆ ਆਪਾਂ ਨੂੰ। ਤੁਸੀਂ ਵੀ ਇਸ ਧਰਨੇ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਪਹੁੰਚੇ ਜਾਂ ਦੇਖਣਾ ਹੈ? ਨਹੀਂ ਵੀਰੇ ਸ਼ਾਮਿਲ ਹੋਣ ਲਈ ਪਹੁੰਚੇ ਹਾਂ ਦੇਖਣਾ ਕੀ ਹੈ ਦੇਖਣ ਨੂੰ ਜਿਹੜਾ ਆਪਣੀ ਕੌਮ ਦਾ ਉਹ ਹੈ ਵੀਰੇ ਆਪਾਂ ਜ਼ਰੂਰ ਸ਼ਾਮਿਲ ਹੋਵਾਂਗੇ ਹਿੱਸਾ ਲਵਾਂਗੇ ਆਪਾਂ ਇਹ 'ਚ। ਸੋ ਇੱਥੇ ਨਾਰੇਬਾਜ਼ੀ ਵੀ ਹੋ ਰਹੀ ਹੈ ਜਿਸ ਤਰੀਕੇ ਦੇ ਨਾਲ ਪੂਰਾ ਘਟਨਾਕ੍ਰਮ ਰਿਹਾ ਲੋਕ ਨਾਰਾਜ਼ ਵੀ ਲੱਗ ਰਹੇ ਨੇ ਵੀ ਹਾਂ ਜਿਹੜੀ ਕਾਰਵਾਈ ਹੋਈ ਹੈ ਇਲਜ਼ਾਮ ਪੁਲਿਸ ਦੇ ਉੱਤੇ ਲਾ ਰਹੀ ਨਹੀਂ ਦੋਵੇਂ ਧਿਰਾਂ। ਹਾਲਾਂਕਿ ਕਲੈਸ਼ ਸੀਗਾ ਦੋਵੇਂ ਧਿਰਾਂ ਦਾ ਪਰ ਇੱਥੇ ਇਕੱਠ ਮਤਲਬ ਹੋਰ ਵੱਧ ਰਿਹਾ ਹੈ ਜਿਹੜੇ ਲੋਕ ਹੋਰ ਜ਼ਿਆਦਾ ਇਕੱਠੇ ਹੋਣੇ ਸ਼ੁਰੂ ਹੋ ਗਏ ਨੇ। ਸੋ ਇੱਥੇ ਜਿਹੜਾ ਇਕੱਠ ਹੈ ਉਹ ਹੌਲੀ ਹੌਲੀ ਵੱਧ ਰਿਹਾ ਤੁਹਾਨੂੰ ਹੋਰ ਵੀ ਤਸਵੀਰਾਂ ਦਿਖਾਵਾਂਗੇ ਪਰ ਇੱਥੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਰੁਕਦੇ ਹਾਂ। ਪੰਜਾਬ ਤੇ ਪੰਜਾਬੀਅਤ ਦਾ ਪਰਛਾਵਾਂ ਪੰਜਾਬੀ ਸਾਡੀਆਂ ਬਾਵਾਂ ABP ਸਾਂਝਾ ਹੁਣ ਦੇਖੋ ਆਪਣੇ ਟੀਵੀ ਸਕਰੀਨ ਤੇ ਡਾਟਾ ਪਲੇ ਚੈਨਲ ਨੰਬਰ 1929 ਤੇ। ABP ਸਾਂਝਾ ਦੇਖਣ ਲਈ ਆਪਣੇ ਕੇਬਲ ਆਪਰੇਟਰ ਨੂੰ ਅੱਜ ਹੀ ਸੰਪਰਕ ਕਰੋ। ABP ਸਾਂਝਾ ਜੋਸ਼ ਜਜ਼ਬਾ ਜਨੂੰਨ।